ਦੁਨੀਆ ਦਾ ਸਭ ਤੋਂ ਜ਼ਬਰਦਸਤ ਟੇਬਲ ਤਿਆਰ ਹੋ ਗਿਆ ਜੀ ਮੈਂ ਕਹਣਾ ਜਮਾ ਸਰੇ ਹੀ ਜਗਾੜ ਹੈ ਕਰਨਾ ਕੀ ਹੈ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਨੂੰ ਆ ਦੋ ਫਰੇਮਾਂ ਚਾਹੀਦੀਆਂ ਨੇ ਜਿਵੇਂ ਜਿਵੇਂ ਆਪਾਂ ਤਿਆਰ ਕਰਾਂਗੇ ਉਸੇ ਤਰੀਕੇ ਨਾਲ ਤੁਸੀਂ ਤਿਆਰ ਕਰ ਲਿਓ ਇਹ ਤੁਹਾਡੇ ਬਹੁਤ ਜ਼ਿਆਦਾ ਕੰਮ ਆਊਗਾ ਜੀ ਬੇਸ਼ੱਕ ਤੁਸੀਂ ਟੂਰ ਤੇ ਜਾਂਦੇ ਹੋ ਬੇਸ਼ੱਕ ਤੁਸੀਂ ਘਰੇ ਰਹਿੰਦੇ ਹੋ ਦਫ਼ਤਰ ਤੇ ਦੁਕਾਨ ਚ ਖੇਤ ਚ ਹਰੇਕ ਕਿਤੇ ਤੁਹਾਡੇ ਕੰਮ ਆਉਣ ਵਾਲਾ ਜਗਾੜ ਹੈ ਤੁਹਾਡੀ ਗੱਡੀ ਦੀ ਡਿੱਗੀ ਦੇ ਵਿੱਚ ਰੱਖਿਆ ਜਾਊਗਾ ਬੇਸ਼ੱਕ ਤੁਸੀਂ ਮੋਟਰਸਾਈਕਲ ਤੇ ਰੱਖ ਕੇ ਲੈ ਜਾਓ ਬਾਅਦ ਜਿਵੇਂ ਜਿਵੇਂ ਆਪਾਂ ਤਿਆਰ ਕਰਾਂਗੇ ਉਸੇ ਤਰੀਕੇ ਨਾਲ ਤੁਸੀਂ ਤਿਆਰ ਕਰ ਲਓ ਸਭ ਤੋਂ ਪਹਿਲਾਂ ਦਾ ਦੋ ਦੋ ਫਰੇਮਾਂ ਦੇ ਵਿੱਚ ਆਪਾਂ ਕੱਟ ਕੇ ਇਸ ਤੋਂ ਬਾਅਦ ਇਹਨੂੰ ਫਿਕਸ ਕਰਤਾ ਇਸ ਤੋਂ ਬਾਅਦ ਆਪਾਂ ਨੂੰ ਚਾਹੀਦੀਆਂ ਨੇ ਜੀ ਲੰਬੀਆਂ ਲੰਬੀਆਂ ਜਿਹੜੀਆਂ ਮੇਖਾਂ ਹੁੰਦੀਆਂ ਨੇ ਜਾਂ ਤੁਸੀਂ ਕੋਈ ਸਕਰੂ ਵੀ ਇਹਦੇ ਵਿੱਚ ਫਿਕਸ ਕਰ ਸਕਦੇ ਹੋ ਇਸ ਤਰੀਕੇ ਨਾਲ ਦੋਨੇ ਪਾਸੇ ਆਪਾਂ ਨੇ ਇਹਦੇ ਇਸ ਤਰੀਕੇ ਨਾਲ ਫਰੇਮਾਂ ਲਾਤੀਆਂ ਜੀ ਕੱਟ ਕੇ ਇਸ ਤੋਂ ਬਾਅਦ ਇਹਦੇ ਆਪਾਂ ਨਿਸ਼ਾਨੀ ਲਾ ਕੇ ਇਧਰੋਂ ਲਾ ਲੈਨੇ ਜੀ ਇਹਦੇ ਕੱਟ ਇਹਨਾਂ ਨੂੰ ਆਪਾਂ ਕਰ ਦੰਨੇ ਆ ਫਿਕਸ ਬਸ ਇਹ ਆ ਵੀ ਤੁਸੀਂ ਪੂਰੀ ਵੀਡੀਓ ਦੇਖ ਕੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਬਾਲਾ ਜਿਆਦਾ ਜ਼ਬਰਦਸਤ ਜਗਾੜ ਬਣੂਗਾ ਬਾਲਾ ਹੀ ਜਿਆਦਾ ਜ਼ਬਰਦਸਤ ਇੰਨਾ ਜਿਆਦਾ ਕੰਫਰਟੇਬਲ ਵੀ ਤੁਸੀਂ ਇਹਨੂੰ ਰੱਖ ਕੇ ਇਦੇ ਉੱਤੇ ਤੁਸੀਂ ਕਾਪੀਆਂ ਕਿਤਾਬਾਂ ਰੱਖ ਕੇ ਪੜ ਸਕਦੇ ਹੋ ਲੈਪਟਾਪ ਰੱਖ ਕੇ ਸਮਾਨ ਤੇ ਵੈਸੇ ਤੁਸੀਂ ਬੈਠਣਾ ਬੈਠ ਸਕਦੇ ਹੋ ਖਾਣਾ 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 ਖਾ ਸਕਦੇ ਹੋ ਸਾਰੇ ਕੰਮ ਤੁਹਾਨੂੰ ਕਰਕੇ ਦਿਖਾਵਾਂਗੇ ਕਿਵੇਂ ਕੰਮ ਕਰੂਗਾ ਉਹ ਵੀ ਤੁਸੀਂ ਦੇਖ ਲਿਓ ਪਹਿਲਾਂ ਆਪਾਂ ਇਹਨੂੰ ਰੈਡੀ ਕਰ ਲਈਏ ਫੁੱਲ ਇਸ ਤੋਂ ਬਾਅਦ ਦੋ ਦੋ ਫਰੇਮਾਂ ਤੋਂ ਬਾਅਦ ਇੱਕ ਇੱਕ ਇਹਦੇ ਉੱਤੇ ਹੋਰ ਆਪਾਂ ਇਸ ਤਰੀਕੇ ਨਾਲ ਫਿੱਟ ਕਰ ਦਾਂਗੇ ਜੀ ਇਹਦੇ ਵਿੱਚ ਵੀ ਆਪਾਂ ਪੱਕੇ ਫਿਕਸ ਨਾਟਕਸ ਲਾ ਦਾਂਗੇ ਜਿਨ੍ਹਾਂ ਦੇ ਵਿੱਚ ਆਪਣੀਆਂ ਚੂੜੀਆਂ ਹੁੰਦੀਆਂ ਨੇ ਉਹ ਆਪਾਂ ਇਹਦੇ ਵਿੱਚ ਨਾਟ ਫਿਕਸ ਕਰਾਂਗੇ ਇਸ ਤਰੀਕੇ ਨਾਲ ਹੁਣ ਇਹਦੇ ਆਪਣੇ ਤਿੰਨ ਤਿੰਨ ਦੇ ਢਾਂਚੇ ਸੈਂਚੇ ਤਿਆਰ ਹੋ ਗਏ ਇੱਕ ਪਾਸੇ ਆਪਾਂ ਨੇ ਤਿੰਨ ਦੇ ਕਰਤੇ ਆ ਸੇਵੀਆ ਪੈਰਸੈਟ੍ਰੀਕ ਇਹਨਾਂ ਲਈ ਦੇ ਫਿਕਸ ਕਰ ਦਾਂਗੇ ਠੀਕ ਹੈ ਆਹ ਲਓ ਜੀ ਇਧਰਲੇ ਪਾਸੇ ਵੀ ਆਪਾਂ ਇੱਕ ਫਿਕਸ ਕਰਾਂਗੇ ਹੁਣ ਇਧਰਲੇ ਪਾਸੇ ਹੋ ਗਈਆਂ ਜੀ 4 ਇਹਨਾਂ ਨੂੰ ਆਪਾਂ ਚੰਗੇ ਤਰੀਕੇ ਨਾਲ ਫਿਕਸ ਕਰ ਦੰਨੇ ਇੱਥੇ ਇਹਦੇ ਨਟ ਆਪਾਂ ਕੱਸ ਕੇ ਇਹਨੂੰ ਫੁੱਲ ਇਥੋਂ ਟਾਈਟ ਕਰ ਦੰਨੇ ਆ ਆਹ ਲਓ ਜੀ ਇਧਰੋਂ ਤਾਂ ਆਪਣਾ ਢਾਂਚਾ ਹੀ ਫੁੱਲ ਤਿਆਰ ਹੋ ਗਿਆ ਹੁਣ ਆਪਾਂ ਇਹਦੀ ਦੂਜੀ ਸਾਈਡ ਹੈ ਜਿਹੜੀ ਉਹਨੂੰ ਵੀ ਆਪਾਂ ਫੁੱਲ ਕੰਪਲੀਟ ਕਰ ਲੈਨੇ ਆ ਐਸੇ ਤਰੀਕੇ ਨਾਲ ਇਹਨੂੰ ਆਪਾਂ ਨੇ ਟਾਈਟ ਕਰ ਦੇਣਾ ਐਸ ਤਰੀਕੇ ਨਾਲ ਆਪਾਂ ਇਹਦੇ ਫਿਕਸ ਕਰ ਦਾਂਗੇ ਲਓ ਜੀ ਹੁਣ ਇਹਨਾਂ ਦੇ ਉੱਤੇ ਮਾਰ ਲੈਨੇ ਆ ਜੀ ਆਪਾਂ ਗ੍ਰੈਂਡਰ ਤਾਂ ਕਿ ਇਹ ਚੰਗੇ ਤਰੀਕੇ ਨਾਲ ੇਠਾਂ ਤੋਂ ਸਾਫ਼ ਹੋ ਜਾਣ ਇਹਨਾਂ ਨੂੰ ਰੱਖਣ ਦੇ ਵਿੱਚ ਕੋਈ ਵੀ ਦਿੱਕਤ ਨਾ ਆਵੇ ਲਓ ਜੀ ਇਧਰੋਂ ਆਪਣਾ ਸਾਰਾ ਕੰਮ ਕੰਪਲੀਟ ਕਰਤਾ ਆਪਾਂ ਨੇ ਹੁਣ ਫਾਈਨਲੀ ਇਹ ਤੇ ਆਪਾਂ ਗ੍ਰੈਂਡਰ ਫੇਰ ਦੰਨੇ ਆ ਇਸ ਤੋਂ ਬਾਅਦ ਇਹਨੂੰ ਖੋਲ ਕੇ ਵੀ ਦਿਖਾਵਾਂ ਕਰਨਾ ਆਊਗਾ ਤਾਂ ਤੁਸੀਂ ਆਹ ਟੇਬਲ ਬਾਲਾ ਜ਼ਬਰਦਸਤ ਜਗਾੜੇ ਤਿਆਰ ਜ਼ਰੂਰ ਕਰਵਾਇਓ ਜਿਵੇਂ ਆਪਾਂ ਨੇ ਕਰਿਆ ਬਸ ਤੁਸੀਂ ਮਿਸਤਰੀ ਨੂੰ ਵੀਡੀਓ ਦਿਖਾ ਦਿਓ ਮਿਸਤਰੀ ਆਪੀ ਤਿਆਰ ਕਰ ਦੇਉ ਇੱਕ ਆਪਾਂ ਨੂੰ ਜੀ ਫੱਟਾ ਚਾਹੀਦਾ ਐਸ ਤਰੀਕੇ ਦਾ ਆਪਾਂ ਇਹਦੇ ਉੱਤੇ ਫਿਕਸ ਕਰ ਦਦਨੇ ਬਿਲਕੁਲ ਇਸ ਤਰੀਕੇ ਨਾਲ ਤੁਸੀਂ ਇਹਨੂੰ ਫਿਕਸ ਕਰ ਦੇਣਾ ਲਓ ਜੀ ਇਹਦੇ ਉੱਤੇ ਆਪਾਂ ਨੇ ਛੋਟੀ ਛੋਟੀਆਂ ਜਿਹੜੀਆਂ ਬਰਿੰਜੀਆਂ ਜਿਹੜੀਆਂ ਹੁੰਦੀਆਂ ਨੇ ਮੇਖਾ ਹੁੰਦੇ ਨੇ ਉਹ ਲਾਤੀਆਂ ਦੋਨੇ ਪਾਸੇ ਆ ਫੱਟੇ ਰੱਖ ਦਾਂਗੇ ਆਪਾਂ ਇਹਦੇ ਇਸ ਤਰੀਕੇ ਨਾਲ ਇਹ ਲੱਗ ਜਾਣਗੇ ਜੀ ਸਾਰਾ ਆਪਣਾ ਲਗਭਗ ਢਾਂਚਾ ਸੈਂਚਾ ਇਹ ਕੰਪਲੀਟ ਹੋ ਗਿਆ ਚਾਰ ਚਾਰ ਪੰਜ ਪੰਜ ਮੇਖਾ ਲਾ ਕੇ ਚੰਗੇ ਤਰੀਕੇ ਨਾਲ ਇਹਨੂੰ ਫਿਕਸ ਕਰ ਦੋ ਬੇਸ਼ੱਕ ਸਕਰੂ ਲਾ ਦਿਵਾ ਲਓ ਜੀ ਹੁਣ ਇਹਨੂੰ ਆਰਾਮ ਨਾਲ ਰੱਖਿਆ ਪਿਆ ਇਸ ਤਰੀਕੇ ਨਾਲ ਇਹਦਾ ਟੇਬਲ ਬਣ ਗਿਆ ਜੀ ਹੁਣ ਲਓ ਜੀ ਇਹ ਟੇਬਲ ਬਣ ਗਿਆ ਇਹਦੇ ਕੋਈ ਖਾਣ ਪੀਣ ਵਾਲਾ ਸਮਾਨ ਰੱਖਣਾ ਹੈ ਕੁਝ ਵੀ ਰੱਖਣਾ ਹੈ ਤੁਸੀਂ ਸੈੱਟ ਕਰਕੇ ਖੇਤ ਦੇ ਵਿੱਚ ਰੱਖਣਾ ਹੈ ਆਪਦੇ ਉੱਥੇ ਰੱਖ ਲਓ ਘਰ ਦੇ ਵਿੱਚ ਦੁਕਾਨ ਦੇ ਜਿੱਥੇ ਮਰਜ਼ੀ ਰੱਖੋ ਤੇ ਖਾਓ ਪੀਓ ਐਸ ਤੋਂ ਬਾਅਦ ਹੁਣ ਆਪਾਂ ਇਹਨੂੰ ਆ ਦੇਖੋ ਪਹਿਲਾਂ ਤੁਸੀਂ ਦੇਖੋ ਸੋਨਾ ਕਿੰਨਾ ਲੱਗ ਰਿਹਾ ਹੁਣ ਇਹ ਰੱਖ ਕੇ ਤੁਸੀਂ ਬੈਠਣਾ ਹੈ ਕੋਈ ਇਹਦੇ ਚੀਜ਼ ਰੱਖਣੇ ਕੁਝ ਵੀ ਰੱਖਣਾ ਤੁਸੀਂ ਆਰਾਮ ਨਾਲ ਰੱਖ ਸਕਦੇ ਹੋ ਆਰਾਮ ਨਾਲ ਇਹਦੇ ਚੜ ਕੇ ਉੱਤੇ ਤੁਸੀਂ ਬੈਠ ਸਕਦੇ ਹੋ ਜਾਂ ਇਹਦੇ ਉੱਪਰ ਚੜ ਕੇ ਤੁਸੀਂ ਕੋਈ ਕੰਮ ਕਰਨਾ ਉਹ ਵੀ ਕਰ ਸਕਦੇ ਹੋ ਪੌੜੀ ਦਾ ਕੰਮ ਵੀ ਹੈ ਆਪਾਂ ਨੂੰ ਜਿਗਾੜ ਦਊਗਾ ਐਡਾ ਜਵਰਦਸ ਟੇਬਲ ਆ ਲੋ ਜੀ ਇਕੱਠਾ ਹੋ ਗਿਆ ਜਮਾ ਹੁਣ ਗੱਡੀ ਦੀ ਡਿੱਗੀ ਦੇ ਵਿੱਚ ਰੱਖ ਕੇ ਜੇ ਤੁਸੀਂ ਕਿਤੇ ਲੈ ਕੇ ਜਾਣਾ ਇਹਨੂੰ ਤੁਸੀਂ ਰੱਖ ਕੇ ਕਿਤੇ ਲੈ ਕੇ ਵੀ ਜਾ ਸਕਦੇ ਹੋ ਬਸ ਇਹ ਤਿਆਰ ਕਰਵਾ ਲਓ ਤੇ ਵੀਡੀਓ ਅੱਗੇ ਸ਼ੇਅਰ ਕਰ ਦਿਓ